नमस्कार दोस्तों स्वागत है आपका हमारे YouTube चैनल एग्जाम प्रिपरेशन पर आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें वीडियो को लाइक करें शेयर करें और बेल बटन को प्रेस करना ना भूलें भारतीय संविधान की ड्राफ्ट कमेटी का चेयरमैन हेठ लिखे बीचों कौन सी इसका राइट आंसर है गया जी डॉक्टर बी आर अंबेडकर ਸਭਾ ਸੰਸਭਾ ਦਾ ਪ੍ਰਧਾਨ ਕੌਣ ਸੀ ਇਹਦਾ ਰਾਈਟ ਆਨਸਰ ਹੈਗਾ ਜੀ ਡਾਕਟਰ ਰਜਿੰਦਰ ਪ੍ਰਸਾਦ ਜਿਹੜਾ ਆਰਜੀ ਪ੍ਰਧਾਨ ਬਣਾਇਆ ਗਿਆ ਸੀਗਾ 9 ਦਸੰਬਰ 1946 ਦੇ ਵਿੱਚ ਕੋਸੀ ਡਾਕਟਰ ਸਚਿਦਾਨੰਦ ਸੀਨਾ ਤੇ 11 ਦਸੰਬਰ ਨੂੰ ਜਿਹੜਾ 1946 ਨੂੰ ਸੰਵਿਧਾਨ ਸਭਾ ਦਾ ਜਿਹੜਾ ਪੱਕਾ ਜਿਹੜਾ ਪ੍ਰਧਾਨ ਬਣਾਇਆ ਗਿਆ ਸੀ ਉਸੀ ਡਾਕਟਰ ਰਜਿੰਦਰ ਪ੍ਰਸਾਦ ਸੰਵਿਧਾਨ ਸਭਾ ਨੂੰ ਅੰਤ ਵਿੱਚ ਸੰਵਿਧਾਨ ਪਾਸ ਕਰਨ ਵਿੱਚ ਕਿੰਨਾ ਸਮਾਂ ਲੱਗਾ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਡੀ 2 ਸਾਲ 11 ਮਹੀਨੇ 18 ਦਿਨ ਇਹ ਜਿਹੜਾ ਸਮਾਂ ਸ਼ੁਰੂ ਹੁੰਦਾ ਜੀ 9 ਦਸੰਬਰ 1946 ਤੋਂ ਲੈ ਕੇ 26 ਨਵੰਬਰ 1949 ਤੱਕ ਦਾ ਜਿਹੜਾ ਸਮਾਂ ਹੈ ਜਿਹੜਾ ਇਹ 2 ਸਾਲ 11 ਮਹੀਨੇ 18 ਦਿਨ ਲੱਗਦਾ ਹੈ ਜਾਨੀ ਕਿ ਸੰਵਿਧਾਨ ਜਿਸ ਦਿਨ ਆ ਪਾਸ ਹੋਇਆ ਸੀਗਾ ਉਹ 26 ਨਵੰਬਰ 1949 ਦੀ ਤਰੀਕ ਹੈ ਤੇ 9 ਦਸੰਬਰ 1946 ਜਿਸ ਦਿਨ ਸਭਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਡਾਕਟਰ ਸਚਿਦਾਨੰਦ ਸਿਨਾ ਦੀ ਅਗਵਾਈ ਵਿੱਚ ਉਸ ਦਿਨ ਤੋਂ ਲੈ ਕੇ ਇਹ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਹੈ ਭਾਰਤ ਦੀ ਸਭਧਾਨ ਸਭਾ ਦੀ ਸ਼ੁਰੂਆਤੀ ਮੀਟਿੰਗ ਦੀ ਪ੍ਰਧਾਨਗੀ ਕਿਸ ਨੇ ਕੀਤੀ ਸ਼ੁਰੂਆਤੀ ਮੀਟਿੰਗ ਮਤਲਬ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਹਨੇ ਕੀਤੀ ਸੀਗੀ ਇਹ ਕੀਤੀ ਸੀ ਜੀ ਡਾਕਟਰ ਸਚਿਦਾਨੰਦ ਸਿਨਾ ਨੇ ਭਾਰਤੀ ਸੰਵਿਧਾਨ ਦੇ ਖਾੜੇ ਤੇ ਸਭ ਤੋਂ ਡੂੰਗਾ ਪ੍ਰਭਾਵ ਇਹਨਾਂ ਵਿੱਚੋਂ ਦੱਸਣਾ ਹੈ ਕਿਹਦਾ ਪਿਆ ਸਭ ਤੋਂ ਜਿਹੜਾ ਡੂੰਗਾ ਪ੍ਰਭਾਵ ਪਿਆ ਸੀ ਜੀ ਉਹ ਸੀ ਆਪਸ਼ਨ ਨੰਬਰ ਸੀ ਭਾਰਤ ਸਰਕਾਰ ਐਕਟ 1935 ਜਿਹੜੇ ਸਭ ਤੋਂ ਜ਼ਿਆਦਾ ਆਪਣੇ ਸੰਵਿਧਾਨ ਵਿੱਚ ਨਕਲਾ ਜਿਹੜੀ ਉਹ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਹੀ ਆਪਾਂ ਮਾਰੀਦੀ ਹੈ ਹੇਠਾਂ ਦਿੱਤਿਆਂ ਵਿੱਚੋਂ ਕੌਣ ਭਾਰਤੀ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਸੀ ਇਹਦਾ ਜਿਹੜੀ ਰਾਈਟ ਆਨਸਰ ਹੈਗਾ ਜੀ ਡਾਕਟਰ ਬੀ ਐਨ ਰਾਓ ਆਪਸ਼ਨ ਏ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਭਾਰਤੀ ਸੰਵਿਧਾਨ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਇਹਦਾ ਜਿਹੜਾ ਹੈ ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਏ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ ਇਜ਼ ਨੋਨ ਐਸ ਦੀ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਨਵੰਡੇ ਭਾਰਤ ਲਈ ਨਵੰਡੇ ਭਾਰਤ ਦਾ ਮਤਲਬ ਹੈ 15 ਅਗਸਤ 1947 ਤੋਂ ਪਹਿਲਾਂ ਦਾ ਭਾਰਤ ਸਸਪਦਾਨ ਸਭਾ ਦੀ ਪਹਿਲੀ ਮੀਟਿੰਗ ਹੈ ਉਹ ਕਿਸ ਦਿਨ ਹੋਈ ਸੀ ਉਹ ਇਹਦਾ ਰਾਈਟ ਆਨਸਰ ਹੈਗਾ ਜੀ ਬੀ 9 ਦਸੰਬਰ 1946 ਨੂੰ ਇਹਦੀ ਪ੍ਰਧਾਨਗੀ ਕੀਤੀ ਸੀ ਡਾਕਟਰ ਸਚਿਦਾਨੰਦ सिन्हा ਨੇ ਸਾਡੇ ਸੰਵਿਧਾਨ ਦੇ ਵਿੱਚ ਸਮਾਜਵਾਦੀ ਧਰਮ ਨਿਰਪੱਖ ਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਇਹ ਸ਼ਬਦ ਸ਼ਾਮਲ ਕੀਤੇ ਗਏ ਆ ਸਭ ਤੋਂ ਪਹਿਲਾਂ ਤਾਂ ਇਹ ਧਿਆਨ ਚ ਰੱਖਣਾ ਹੈ ਪ੍ਰਸਤਾਵਨਾ ਦੇ ਵਿੱਚ ਤਿੰਨੇ ਸ਼ਬਦ ਸ਼ਾਮਿਲ ਕੀਤੇ ਗਏ ਆ ਠੀਕ ਹੈ ਜੀ 42ਵੀਂ ਸੋਧ 1976 ਦੇ ਵਿੱਚ ਇਹ ਸ਼ਬਦ ਸ਼ਾਮਿਲ ਕੀਤੇ ਗਏ ਆ ਠੀਕ ਹੈ ਜੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਦਾ ਸਹੀ ਨਾਮਕਰਨ ਕੀ ਹੈ ਹਾਂਜੀ ਪ੍ਰਸਤਾਵਨਾ ਦੇ ਵਿੱਚ ਜਿਹੜਾ ਸਹੀ ਨਾਮਕਰਨ ਆ ਉਹ ਟ੍ਰਿਪਲ ਐਸ ਡੀ ਪੀ ਹੈ ਪਹਿਲੇ ਐਸ ਦਾ ਮਤਲਬ ਹੈਗਾ ਸੋਵਰਨ ਜਾਨੀ ਕਿ ਪ੍ਰਭੂ ਸੱਤਾ ਸੰਪੰਨ ਤੇ ਦੂਸਰੇ ਦਾ ਹੈ ਜੀ ਸੋਸ਼ਲਿਸਟ ਜਿਹਨੂੰ ਆਪਾਂ ਸਮਾਜਵਾਦ ਕਹਿੰਦੇ ਆ ਸੈਕੂਲਰ ਜਿਹਨੂੰ ਆਪਾਂ ਧਰਮ ਨਿਰਪੱਖ ਕਹਿੰਦੇ ਆ ਡੈਮੋਕ੍ਰੈਟਿਕ ਲੋਕਤੰਤਰੀ ਤੇ ਰਿਪਬਲਿਕ ਦਾ ਮਤਲਬ ਹੁੰਦਾ ਹੈ ਗਨਰਾਜ ਟ੍ਰਿਪਲ ਐਸ ਡੀਪੀ ਡੀਆ ਸੋਰੀ ਡੀਆ ਭਾਰਤੀ ਸੰਵਿਧਾਨ ਨੇ ਪ੍ਰਸਤਾਵਨਾ ਦੇ ਵਿਚਾਰ ਕਿਸ ਤੋਂ ਲਈ ਜਿਹੜੀ ਪ੍ਰਸਤਾਵਨਾ ਹੈ ਆਪਾਂ ਉਹ ਕਿਸ ਤੋਂ ਲਈ ਹੈ ਇਹਦਾ ਸਹੀ ਉੱਤਰ ਹੈਗਾ ਜੀ ਅਮਰੀਕਾ ਦਾ ਸੰਵਿਧਾਨ ਆਪਸ਼ਨ ਨੰਬਰ ਡੀ ਪ੍ਰਸਤਾਵਨਾ ਦੇ ਸਬੰਧ ਵਿੱਚ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ਹਾਂਜੀ ਆਹ ਕਹਿੰਦੇ ਪ੍ਰਸਤਾਵਨਾ ਨੂੰ ਦੋ ਵਾਰ ਸੋਧਿਆ ਗਿਆ ਹੈ ਬਿਲਕੁਲ ਗਲਤ ਹੈ ਜੀ ਇੱਕ ਵਾਰ ਹੀ ਸੋਧਿਆ ਗਿਆ 42ਵੀਂ ਸੋਧ 1976 ਦੁਆਰਾ ਕੰਨ ਦੇ ਸੁਪਰੀਮ ਕੋਰਟ ਨੇ ਹਾਲੀ ਫੈਸਲਾ ਦਿੱਤਾ ਹੈ ਕਿ ਸੰਵਿਧਾਨ ਦਾ ਇਹ ਹਿੱਸਾ ਨਹੀਂ ਪ੍ਰਸਤਾਵਨਾ ਇਹ ਵੀ ਬਿਲਕੁਲ ਗਲਤ ਹੈ ਜੀ 1973 ਦੇ ਵਿੱਚ ਜਿਹੜਾ ਕੇਸ਼ਵਾਨੰਦ ਭਾਰਤੀ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਜਿਹੜੀ ਪ੍ਰਸਤਾਵਨਾ ਹੈ ਉਹ ਸੰਵਿਧਾਨ ਦਾ ਇੱਕ ਅਟੂਟ ਅੰਗ ਹੈ ਇਹ ਵੀ ਗਲਤ ਹੋ ਗਿਆ ਜੀ ਹੁਣ অপশন এ ਹੈਗੀ ਹੈ ਜੀ ਇਹ ਕਾਨੂੰਨ ਦੀ ਅਦਾਲਤ ਵਿੱਚ ਲਾਗੂ ਕਰਨ ਯੋਗ ਨਹੀਂ ਇਹ ਬਿਲਕੁਲ ਸਹੀ ਹੈ ਜੀ ਇਹ ਜਿਹੜੀ ਨੌਨ ਜਸਟਿਸੇਬਲ ਹੈ ਜਿਹੜੀ ਪ੍ਰਸਤਾਵਨਾ ਹੈ ਭਾਰਤੀ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਨੂੰ ਭਾਰਤੀ ਸੰਵਿਧਾਨ ਸਭਾ ਦੁਆਰਾ ਅਪਣਾਇਆ ਗਿਆ ਹਾਂਜੀ ਇਹ ਜਿਹੜਾ ਅਪਣਾਇਆ ਗਿਆ ਸੀਗਾ ਜੁਲਾਈ 22 ਦੇ ਵਿੱਚ 1947 ਨੂੰ 22 ਜੁਲਾਈ 1947 ਨੂੰ ਅਪਣਾਇਆ ਗਿਆ ਸੀਗਾ ਝੰਡੇ ਦੇ ਡਿਜ਼ਾਈਨ ਨਾਲ ਜਿਹੜੀ ਸੰਬੰਧਿਤ ਕਮੇਟੀ ਹੈਗੀ ਹੈ ਜੀ ਉਹਦਾ ਜਿਹੜਾ ਚੇਅਰਮੈਨ ਸੀਗਾ ਉਹ ਜੇ.ਬੀ. ਕਰਪਲਾਨੀ ਸੀ ਤੇ ਇਹਨਾਂ ਨੇ ਰეკਮੈਂਡ ਕੀਤਾ ਸੀ ਵੀ ਭਾਰਤੀ ਝੰਡੇ ਦਾ ਜਿਹੜਾ ਸਾਈਜ਼ ਹੈ ਉਹ 3:2 ਵਿੱਚ ਹੋਏਗਾ ਮਤਲਬ ਇਹ ਹੈ ਵੀ 3 ਲੰਬਾਈ ਹੋਏਗੀ ਤੇ 2 ਚੜਾਈ ਹੋਏਗੀ ਤੇ ਇਸ ਸਾਲ ਆਪਾਂ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਆਂ ਡਾਇਮੰਡ ਜੁਬਲੀ ਮਨਾ ਰਹੇ ਆਂ ਤੇ ਜਿਹੜਾ ਭਾਰਤ ਸਰਕਾਰ ਵੱਲੋਂ ਹਰ ਘਰ ਤਿਰੰਗਾ ਉਹ ਜਿਹੜੀ ਇੱਕ ਚਲਾਈ ਗਈ ਹੈ ਮੈਂ ਹਮ ਇਹਦੇ ਤਹਿਤ ਆਪਾਂ ਜਿਹੜੇ ਹੈਗੇ ਆ ਆਪਣੇ ਘਰ 11 ਅਗਸਤ ਤੋਂ ਲੈ ਕੇ 17 ਅਗਸਤ ਤੱਕ ਆਪਣੇ ਘਰ ਤੇ ਆਪਾਂ ਤਿਰੰਗਾ ਝੰਡਾ ਜੜਾ ਹੋ ਲਹਿਰਾ ਸਕਦੇ ਆਂ ਪਰ ਇਹਦੇ ਲਈ ਜਿਹੜੀ ਗਾਈਡਲਾਈਨਸ ਹੈਗੀਆਂ ਜਿਹੜੀਆਂ ਆਪਾਂ ਨੂੰ ਫੋਲੋ ਕਰਨੀਆਂ ਹੈਗੀਆਂ ਉਹ ਹੈਗਾ ਜੀ 플ੈਗ ਕੋਡ 2002 플ੈਗ ਕੋਡ ਬਣਿਆ ਸੀਗਾ ਜੀ 2002 ਦਾ ਉਹਦੀਆਂ ਜਿਹੜੀਆਂ ਸ਼ਰਤਾਂ ਆਪਾਂ ਫੋਲੋ ਕਰਨੀਆਂ ਜੀ ਤੇ ਇੱਕ ਹੋਰ ਧਿਆਨ ਰੱਖਣਾ ਇੱਕ ਐਡ ਹੋਕ ਕਮੇਟੀ ਬਣੀ ਸੀਗੀ ਚੰਡੇ ਦੇ ਉੱਪਰ ਹੀ ਉਹਦੇ ਜਿਹੜੇ ਪ੍ਰਧਾਨਗੀ ਜਿਹੜੇ ਉਹਦੇ ਚੇਅਰਮੈਨ ਸੀਗੇ ਉਹ ਸੀ ਡਾਕਟਰ ਅਰਜੰਦਰ ਪ੍ਰਸਾਦ ਹਾਂਜੀ ਹੀਠਾਂ ਦਿੱਤੇ ਕਥਨਾ ਦੇ ਵਿੱਚੋਂ ਕਿਹੜਾ ਇੱਕ ਸਹੀ ਹੈ ਸਹੀ ਦੱਸਣਾ ਆਪਾਂ ਕਹਿੰਦੇ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਅਪਣਾਇਆ ਗਿਆ ਇਹ ਗਲਤ ਹੈ ਜੀ ਇਹ ਤਾਂ ਲਾਗੂ ਕੀਤਾ ਗਿਆ ਸੀ ਅਪਣਾ ਤਾਂ ਲਿਆ ਸੀ ਆਪਾਂ 26 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਸਭਾ ਦਾ ਪਹਿਲਾ ਸੈਸ਼ਨ ਜਨਵਰੀ 1947 ਨੂੰ ਹੋਇਆ ਇਹ ਵੀ ਗਲਤ ਹੋ ਗਿਆ ਜੀ ਇਹ ਹੋਇਆ ਸੀ 9 ਦਸੰਬਰ 1946 ਨੂੰ ਜਵਾਰਲਾ ਨਹਿਰੂ ਐਮ ਏ ਜਿਨਾ ਮੁਹੰਮਦ ਅਲੀ ਜਿਨਾ ਤੇ ਸਰਦਾਰ ਵੱਲਭਭਾਈ ਪਟੇਲ ਜਿਹੜੇ ਸੀ ਭਾਰਤੀ ਸੰਵਿਧਾਨ ਸਭਾ ਦੇ ਮੈਂਬਰ ਸੀ ਨਹਿਰੂ ਵੀ ਸਨ ਵੱਲਭਭਾਈ ਪਟੇਲ ਸੀ ਪਰ ਐਮ ਏ ਜਿਨਾ ਨਹੀਂ ਸਨ ਇਹ ਵੀ ਗਲਤ ਹੋ ਗਿਆ ਜੀ ਧਿਆਨ ਰੱਖਣਾ ਹੈ ਮੁਹੰਮਦ ਅਲੀ ਜਿਨਾ ਤੇ ਮਹਾਤਮਾ ਗਾਂਧੀ ਇਹ ਦੋਨੋਂ ਆ ਜਿਹੜੇ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਸਨ ਤੇ ਫਿਰ ਜਿਹੜਾ ਰਾਈਟ ਹੈ ਉਹ ਹੈਗਾ ਜੀ অপਸ਼ਨ ਨੰਬਰ ਏ ਭਾਰਤੀ ਸੰਵਿਧਾਨ ਸਭਾ ਸਾਲ 1946 ਦੇ ਵਿੱਚ ਸੁਬਈ ਜਿਹੜੀ ਪ੍ਰਾਂਤੀਏ ਅਸੈਂਬਲੀ ਐ ਉਹਨਾਂ ਦੁਆਰਾ ਚੁਣੀ ਗਈ ਸੀ ਭਾਰਤੀ ਸੰਵਿਧਾਨ ਨੂੰ ਦੱਸਣਾ ਕਿਹਦੇ ਦੁਆਰਾ ਅਪਣਾਇਆ ਗਿਆ ਭਾਰਤੀ ਸੰਵਿਧਾਨ ਨੂੰ ਸੰਵਿਧਾਨ ਸਭਾ ਦੁਆਰਾ ਬਣਾਇਆ ਗਿਆ ਤੇ ਜਦੋਂ ਸੰਵਿਧਾਨ ਸਭਾ ਨੇ ਇਹਨੂੰ ਅਪਣਾਇਆ ਸੀ ਤਾਂ ਆਪਣੇ ਲਈ ਸ਼ਬਦ ਯੂਜ਼ ਕੀਤੇ ਸੀ ਵੀ ਦੀ ਪੀਪਲ ਆਫ ਇੰਡੀਆ ਵੀ ਦੀ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਇਹ ਸ਼ਬਦ ਉਹਨਾਂ ਨੇ ਯੂਜ਼ ਕੀਤੇ ਸੀ ਆਪਣੇ ਲਈ ਭਾਰਤ ਵਿੱਚ ਸਾਰੇ ਬ੍ਰਿਟਿਸ਼ ਸੰਵਿਧਾਨਿਕ ਪ੍ਰਯੋਗਾਂ ਵਿੱਚੋਂ ਕਿਹੜਾ ਇੱਕ ਪ੍ਰਯੋਗ ਜਿਹੜਾ ਥੋੜੇ ਸਮੇਂ ਲਈ ਸਾਬਤ ਹੋਇਆ ਜਿਹੜੀ ਅੰਗਰੇਜ਼ੀ ਸਰਕਾਰ ਹੈ ਉਹਨਾਂ ਨੇ ਸਮੇਂ-ਸਮੇਂ ਤੇ ਗਵਰਨਮੈਂਟ ਐਕਟ ਆਫ ਇੰਡੀਆ ਜਿਹੜੇ ਲਿਆਂਦੇ ਸੀਗੇ ਜਿਵੇਂ 1919 ਦਾ ਹੋ ਗਿਆ 1909 ਦਾ ਹੋ ਗਿਆ 1935 ਦਾ ਹੋ ਗਿਆ ਤੇ ਇਸ ਤੋਂ ਪਹਿਲਾਂ ਚਾਰਟਰ ਐਕਟ ਲਿਆਂਦੇ ਗਏ ਸੀਗੇ ਪਰ ਉਹ ਜਿਆਦਾ ਜਿਹੜੇ ਇਹ ਸਾਰੇ ਐਕਟ ਇੱਕ ਸੰਵਿਧਾਨ ਦੇ ਤੌਰ ਤੇ ਕੰਮ ਕਰਦੇ ਸੀ ਤੇ ਇਹਨਾਂ ਵਿੱਚ ਜਿਹੜੀ ਐਮੈਂਡਮੈਂਟ ਕੀਤੀ ਜਾਂਦੀ ਸੀ 20 ਸਾਲਾਂ ਬਾਅਦ ਕੀਤੀ ਜਾਂਦੀ ਸੀ ਪਰ ਜਿਹੜਾ 1909 ਦਾ ਐਕਟ ਹੈ ਇਹਨੂੰ 19 ਦੇ ਵਿੱਚ ਹੀ ਬਦਲ ਦਿੱਤਾ ਗਿਆ ਇਹਦਾ ਮਤਲਬ ਇਹ 10 ਸਾਲ ਹੀ ਇਹ ਸੰਵਿਧਾਨ ਰਿਹਾ ਜਾਨਕਿ ਥੋੜੇ ਸਮੇਂ ਦਾ ਰਿਹਾ ਸਭ ਤੋਂ ਜਿਆਦਾ ਇਹਦਾ ਉੱਤਰ ਆਏਗਾ ਜੀ ਬੀ ਪਰ ਦਾ ਸੰਵਿਧਾਨ ਇੱਕ ਸੰਵਿਧਾਨ ਸਭਾ ਦੁਆਰਾ ਲਾਗੂ ਕੀਤਾ ਗਿਆ ਜੀ ਜਿਹੜਾ ਸੰਵਿਧਾਨ ਬਣਾਇਆ ਉਹ ਸੰਵਿਧਾਨ ਸਭਾ ਦੁਆਰਾ ਲਾਗੂ ਕੀਤਾ ਗਿਆ ਸੀ ਤੇ ਉਹਦੀ ਜਿਹੜੀ ਜਿਹੜੀ ਅਪੁਆਇੰਟਮੈਂਟ ਹੋਈ ਸੀਗੀ ਉਹ ਹੋਈ ਸੀ ਕੈਬਨ ਮਿਸ਼ਨ ਯੋਜਨਾ ਦੇ ਅਧੀਨ ਜਿਹੜਾ ਉਦੇਸ਼ ਸੰਕਲਪ ਹੈ ਜਿਹੜਾ ਆਬਜੈਕਟਿਵ ਰੈਜ਼ੋਲੂਸ਼ਨ ਜਿਹਨੂੰ ਕਹਿ ਦਿੰਨੇ ਆ ਉਹਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ ਜੀ ਉਹਨਾਂ ਨੇ ਪੁੱਛਿਆ ਸਹੀ ਨਹੀਂ ਹੈ ਪਹਿਲਾ ਹੈ ਜੀ ਇਸ ਨੂੰ ਜਵਾਰਲਾ ਨਹਿਰੂ ਨੇ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਬਿਲਕੁਲ ਸਹੀ ਹੈ ਜੀ 13 ਦਸੰਬਰ 1946 ਨੂੰ ਪੇਸ਼ ਕੀਤਾ ਸੀ ਇਸ ਨੇ ਘੱਟ ਗਿਣਤੀਆਂ ਲਈ ਨਿਆਂਪੂਰਨ ਅਧਿਕਾਰਾਂ ਦੀ ਮੰਗ ਕੀਤੀ ਇਹ ਵੀ ਬਿਲਕੁਲ ਸਹੀ ਹੈ ਜੀ ਇਸ ਨੇ ਮੌਲਿਕ ਅਧਿਕਾਰਾਂ ਦੀ ਅਧਿਆਇ ਦਾ ਆਧਾਰ ਬਣਾਇਆ ਨਹੀਂ ਜੀ ਮੌਲਿਕ ਅਧਿਕਾਰਾਂ ਦੇ ਇਹ ਬਿਲਕੁਲ ਇਹਦੇ ਨਾਲ ਕੋਈ ਸਬੰਧ ਨਹੀਂ ਇਹ ਗਲਤ ਹੋ ਗਿਆ ਜੀ ਤਾਂ ਇਹਨੂੰ ਆਪਾਂ ਲਿਮੀਨੇਟ ਕਰਾਂਗੇ ਤਾਂ ਆਪਸ਼ਨ ਬੀ ਐਲੀਮੀਨੇਟ ਹੋ ਗਈ ਸੀ ਵੀ ਐਲੀਮੀਨੇਟ ਹੀ ਹੋ ਗਈ ਤੇ ਡੀ ਵੀ ਐਲੀਮੀਨੇਟ ਹੋ ਗਈ ਤੇ ਆਪਣਾ ਰਾਈਟ ਆਨਸਰ ਆ ਗਿਆ ਜੀ ਏ ਹੇਟ ਲਿਖਿਆ ਵਿੱਚੋਂ ਕਿਸ ਐਕਟ ਨੇ ਪਹਿਲੀ ਵਾਰ ਚੋਣਾ ਦੇ ਸਿਧਾਂਤ ਨੂੰ ਰਸਮੀ ਤੌਰ ਤੇ ਪੇਸ਼ ਕੀਤਾ ਕਹਿਣ ਦਾ ਮਤਲਬ ਹੈ ਵੀ ਕਿਹੜਾ ਭਾਰਤੀ ਐਕਟ ਸੀ ਜਿਹਦੇ ਵਿੱਚ ਪਹਿਲੀ ਵਾਰ ਚੋਣਾ ਕਰਵਾਈਆਂ ਗਈਆਂ ਸੀ ਉਹ ਹੈਗਾ ਜੀ ਆਪਣੇ ਕੋਲ 1909 ਦਾ ਐਕਟ ਗਵਰਨਮੈਂਟ ਐਕਟ ਆਫ ਇੰਡੀਆ 1909 1909 ਜਿਹਨੂੰ ਮਿੰਟੋ ਮਾਰਲੋ ਐਕਟ ਵੀ ਕਿਹਾ ਜਾਂਦਾ ਹੈ ਜਾਂ ਜਿਹਨੂੰ ਜਿਹਨੂੰ ਆਪਾਂ ਇੱਕ ਕਮਿਊਨਲ ਇਲੈਕਟਰੋਲ ਰੇਟ ਵੀ ਕਹਿ ਸਕਦੇ ਹਾਂ ਵੀ ਇਹਦੇ ਵਿੱਚ ਕੀ ਸੀ ਮੁਸਲਮਾਨਾਂ ਦੇ ਲਈ ਨਰਵਾਚਨ ਜਾਂ ਚੋਣ ਕਰਨ ਦੇ ਲਈ ਸਿਰਫ ਮੁਸਲਮਾਨ ਹੀ ਵੋਟ ਪਾ ਸਕਦੇ ਸੀ। ਇਹ ਟ ਲਿਖੀਆਂ ਚੀਜ਼ਾਂ ਵਸਤਾਂ ਜਾਂ ਚੀਜ਼ਾਂ ਦੇ ਵਿੱਚੋਂ ਐਕਟਾਂ ਦੇ ਵਿੱਚੋਂ ਮਿਤੀਆਂ ਦੇ ਵਿੱਚੋਂ ਦੱਸਣਾ ਹੈ ਕਿਹੜੀ ਚੀਜ਼ ਗਲਤ ਤਰੀਕੇ ਨਾਲ ਮੇਲ ਖਾਂਦੀ ਹੈ। ਅੱਛਾ ਇਹ ਦੱਸਣਾ ਹੈ ਵੀ ਕਿਹੜੀ ਗਲਤ ਹੈ। ਤੱਤੋਂ ਪਹਿਲਾਂ ਦੇਖਦੇ ਹਾਂ ਜੀ 26 ਜਨਵਰੀ 1950 ਨੂੰ ਸੰਵਿਧਾਨ ਦੇ ਸ਼ੁਰੂ ਹੋਣ ਦੀ ਮਿਤੀ ਹੈ ਹਾਂ ਜੀ ਬਿਲਕੁਲ ਸਹੀ ਹੈ ਜੀ ਲਾਗੂ ਹੋ ਗਿਆ ਸੀ ਇਸ ਦਿਨ 24 ਜਨਵਰੀ 1950 ਦੇ ਅੰਤ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੁਬਾਰਾ ਸੰਵਿਧਾਨ ਉੱਤੇ ਦਸਖਤ ਕੀਤੇਗੇ ਇਹ ਵੀ ਠੀਕ ਹੈ ਜੀ ਬਿਲਕੁਲ 26 ਨਵੰਬਰ 1949 ਭਾਰਤ ਦੇ ਲੋਕਾਂ ਨੇ ਸੰਵਿਧਾਨ ਨੂੰ ਅਪਣਾਇਆ ਲਾਗੂ ਕੀਤਾ ਤੇ ਆਪਣੇ ਆਪ ਨੂੰ ਸੋਪਿਆ ਵੀ ਬਿਲਕੁਲ ਸਹੀ ਹੈ ਜੀ 9 ਦਸੰਬਰ 1947 ਨੂੰ ਸੰਵਿਧਾਨਕ ਅਸੈਂਬਲੀ ਦੀ ਪਹਿਲੀ ਮੀਟਿੰਗ ਹੋਈ ਇਹ ਗਲਤ ਹੋ ਗਿਆ ਜੀ 9 ਦਸੰਬਰ 1946 ਦੇ ਵਿੱਚ ਹੋਈ ਸੀ ਜੀ ਪਹਿਲੀ ਮੀਟਿੰਗ ਹਿਟ ਲਿਖਿਆਂ ਵਿੱਚੋਂ ਕਿਸ ਐਕਟ ਨੇ ਪਹਿਲੀ ਵਾਰ ਭਾਰਤੀਆਂ ਨੂੰ ਸੰਵਿਧਾਨ ਸਭਾ ਵਿੱਚ ਪ੍ਰਤੀਨਿਧਤਾ ਦਿੱਤੀ ਇਹ ਜੀ 1909 ਦਾ ਹੀ ਐਕਟ ਹੈ ਜਿਹਨੂੰ ਆਪਾਂ ਮਾਰਲੋ ਮਿੰਟੋ ਐਕਟ ਕਹਿੰਦੇ ਆ ਇਹਦੇ ਵਿੱਚ ਮੁਸਲਮਾਨਾਂ ਦੇ ਲਈ ਅਲੱਗ ਨਰਵਾਚਨ ਦੀ ਗੱਲ ਕੀਤੀ ਗਈ ਸੀ ਪਰ ਦੇ ਗਵਰਨਰ ਜਨਰਲ ਦਾ ਦਫਤਰ ਬਣਾਇਆ ਗਿਆ ਕਿਸ ਐਕਟ ਦੇ ਤਹਿਤ ਬਣਾਇਆ ਗਿਆ ਸੀ ਜੀ ਇਹਦਾ ਰਾਈਟ ਆਨਸਰ ਹੈਗਾ ਜੀ অপਸ਼ਨ ਸੀ ਪਾਰਸ ਪਰ ਸਰਕਾਰ ਐਕਟ 1858 ਇਸ ਐਕਟ ਦੇ ਤਹਿਤ ਹੀ ਜਿਹੜਾ ਕੰਪਨੀ ਦਾ ਰੂਲs ਸਮਾਪਤ ਹੋ ਜਾਂਦਾ ਹੈ ਜੀ ਤੇ ਜਿਹੜਾ ਕਰਾਊਨ ਹੈ ਉਹਦਾ ਰਾਜ ਸ਼ੁਰੂ ਹੋ ਜਾਂਦਾ ਹੈ ਤੇ ਇਸ ਸੰਬੰਧ ਵਿੱਚ ਮੇਰੀਆਂ ਤਿੰਨ ਵੀਡੀਓਜ਼ ਬਣੀਆਂ ਹੋਈਆਂ ਜੇ ਤੁਸੀਂ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਉਹ ਤਿੰਨ ਵੀਡੀਓਆਂ ਨੂੰ ਦੇਖੋ ਉਸ ਤੋਂ ਬਾਅਦ ਇਹ ਐਮਸੀਕਿਊ ਲੋ ਵਾਓ ਲਗਾਓ AMCQ ਜਿਹੜੀਆਂ ਤਿੰਨ ਵੀਡੀਓ ਪਹਿਲਾਂ ਬਣ ਚੁੱਕੀਆਂ ਉਹਦੇ ਤੇ ਹੀ ਬੇਸਡ ਹਨ ਤਾਜ ਨੇ ਭਾਰਤ ਸਰਕਾਰ ਨੂੰ ਆਪਣੇ ਹੱਥਾਂ ਵਿੱਚ ਕਦੋਂ ਲਿਆ ਕਰਾਉਣ ਦੀ ਗੱਲ ਕਰਦੇ ਪਏ ਜੀ ਉਹਨਾਂ ਨੇ ਭਾਰਤ ਸਰਕਾਰ ਐਕਟ 1858 ਰਾਹੀਂ ਭਾਰਤ ਸਰਕਾਰ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਭਾਰਤ ਦੇ ਸੰਵਿਧਾਨ ਵਿੱਚ ਨਿਰਧਾਰਿਤ ਸੋਧ ਪ੍ਰਕਿਰਿਆ ਕਿਸ ਦਰਜ ਤੇ ਹੈ ਹਾਂਜੀ ਇਹ ਜਿਹੜੀ ਸੋਧ ਆਪਾਂ ਲਈਤੀ ਹੈ ਇਹ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਲਈਤੀ ਹੈ ਜੀ ਸੋਧ ਪ੍ਰਕਿਰਿਆ ਇਹ ਲਿਖਿਆਂ ਵਿੱਚੋਂ ਕੌਣ ਸੰਵਿਧਾਨ ਸਭਾ ਦਾ ਮੈਂਬਰ ਨਹੀਂ ਸੀ ਹਾਂਜੀ ਲੋਕनायक ਜੈ ਪ੍ਰਕਾਸ਼ ਠੀਕ ਹੈ ਜੇਪੀ ਨਰਾਇਣ ਇਹ ਨਹੀਂ ਸਨ ਮਹਾਤਮਾ ਗਾਂਧੀ ਵੀ ਨਹੀਂ ਸਨ ਤੇ ਮੁਹੰਮਦ ਅਲੀ ਜਿਨ੍ਹਾਂ ਵੀ ਸੰਵਿਧਾਨ ਸਭਾ ਦਾ ਮੈਂਬਰ ਨਹੀਂ ਨਹੀਂ ਸੀ ਤੇ ਬਾਕੀ ਸਾਰੇ ਜਿਹੜੇ ਪ੍ਰੋਮਿਨੈਂਟ ਲੀਡਰ ਹੈ ਉਹ ਸੰਵਿਧਾਨ ਸਭਾ ਦੇ ਮੈਂਬਰ ਸਨ ਸਾਰੇ ਹੀ ਜਵਾਰ ਲਲ ਨਹਿਰੂ ਹੈ ਪਟੇਲ ਹੈ ਜੇਬੀ ਕਰਪਲਾਨੀ ਹੈ ਕੇ ਐ ਮੁੰਛੀ ਹੈ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਸੰਵਿਧਾਨ ਸਭਾ ਦੇ ਮੈਂਬਰ ਸਨ ਭਾਰਤ ਲਈ ਡੋਮੀਨੀਅਨ ਸਟੇਟਸ ਸੰਵਿਧਾਨ ਦਾ ਖੜਾ ਤਿਆਰ ਕਰਨ ਦੀ ਪਹਿਲੀ ਕੋਸ਼ਿਸ਼ ਕਿਸ ਦੇ ਜਵਾਬ ਵਿੱਚ ਕੀਤੀ ਗਈ ਅੱਛਾ ਜੀ ਜਿਹੜਾ ਡੋਮੀਨੀਅਨ ਸਟੇਟਸ ਹੈ ਜਿਹੜਾ ਇਸ ਜਿਹੜਾ ਤਿਆਰ ਕੀਤਾ ਸੀ ਇਹਨੂੰ ਨਹਿਰੂ ਰਿਪੋਰਟ ਵੀ ਕਹਿ ਦਿੰਦੇ ਆਪਾਂ ਠੀਕ ਹੈ ਜੀ ਇਹ ਨਹਿਰੂ ਰਿਪੋਰਟ ਹੈ ਤੇ ਇਹ ਰਿਪੋਰਟ ਹੈ ਜਿਹੜੀ 1928 ਦੀ ਹੈ ਠੀਕ ਹੈ ਜਿਹਦੇ ਵਿੱਚ ਨਹਿਰੂ ਰਿਪੋਰਟ ਵਿੱਚ ਮੰਗ ਕੀਤੀ ਗਈ ਸੀ ਵੀ ਭਾਰਤ ਲਈ ਡੋਮੀਨੀਅਨ ਸਟੇਟਸ ਦਾ ਦਰਜਾ ਦਿੱਤਾ ਜਾਵੇ ਭਾਰਤ ਦਾ ਆਪਣਾ ਖੁਦ ਦਾ ਸੰਵਿਧਾਨ ਹੋਵੇ ਤੇ ਪਹਿਲੀ ਵਾਰ ਸੰਵਿਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ 1928 ਦੀ ਨਹਿਰੂ ਰਿਪੋਰਟ ਵਿੱਚ ਤੇ ਇਹ ਕੀਤੀ ਗਈ ਸੀ ਸਾਈਮਨ ਕਮਿਸ਼ਨ ਦੇ ਜਵਾਬ ਵਿੱਚ ਸੱਤ ਮੈਂਬਰੀ ਆਈ ਸੀ ਸਾਈਮਨ ਕਮਿਸ਼ਨ ਦੀ ਇੱਕ ਟੀਮ ਤੇ ਉਹਦੀ ਗਵਾਈ ਸਾਈਮਨ ਕਮਿਸ਼ਨ ਕਰ ਰਏ ਸੀਗੇ ਤੇ ਸੱਤੇ ਤੇ ਸੱਤੇ ਅੰਗਰੇਜ਼ ਸੀ ਤੇ ਜਿਹੜਾ 1919 ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈ ਜਿਹੜਾ ਸੰਵਿਧਾਨ ਸੀ ਉਸ ਸਮੇ ਦਾ ਉਹਦੇ ਵਿੱਚ ਕੀ ਕੀ ਸੋਧ ਹੋਣੀ ਚਾਹੀਦੀ ਹੈ ਉਹਦੀ ਰਿਕਮੈਂਡੇਸ਼ਨ ਇਸ ਕਮੇਟੀ ਨੇ ਕਰਨੀ ਸੀਗੀ ਸੱਤ ਮੈਂਬਰੀ ਕਮੇਟੀ ਨੇ ਠੀਕ ਹੈ ਜੀ ਇੱਥਾਂ ਦਿੱਤੇ ਵਿੱਚੋਂ ਕਿਹੜਾ ਭਾਰਤ ਨੂੰ ਇੱਕ ਧਨ ਨਿਰਪੱਖ ਰਾਜ ਵਿੱਚੋਂ ਦਰਸਾਉਂਦਾ ਹੈ ਠੀਕ ਹੈ ਜੀ ਜਨਨ ਕੇ ਸੈਕੂਲਰਿਜ਼ਮ ਦੀ ਗੱਲ ਹੋ ਰਹੀ ਹੈ ਇਹ ਸਭਧਾਨ ਦੀ ਪ੍ਰਸਤਾਵਨਾ ਦੇ ਵਿੱਚ ਲਿਖਿਆ ਗਿਆ ਸੈਕੂਲਰਿਜ਼ਮ ਸ਼ਬਦ ਤੇ 42ਵੀਂ ਸੋਧ 1976 ਦੇ ਰਾਹੀਂ ਇਹਨੂੰ ਐਡ ਕੀਤਾ ਗਿਆ ਸੀ ਭਾਰਤ ਦੇ ਸਭਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਵਿੱਚੋਂ ਕਿਹੜੀ ਵਿਸ਼ੇਸ਼ਤਾਵਾਂ ਅਮਰੀਕੀ ਸਭਧਾਨ ਨਾਲ ਮੇਲ ਨਹੀਂ ਖਾਂਦੀਆਂ ਮੇਲ ਨਹੀਂ ਖਾਂਦੀਆਂ ਇਹ ਦੱਸਣਾ ਜੀ ਲਿਖਤੀ ਸਭਧਾਨ ਦੋਨਾਂ ਦੇਸ਼ਾਂ ਦੇ ਸਭਧਾਨ ਲਿਖਤੀ ਹੈ ਜੀ ਬਿਲਕੁਲ ਸਹੀ ਹੈ ਸਰਕਾਰ ਦਾ ਸੰਗੀ ਰੂਪ ਇਹ ਵੀ ਠੀਕ ਹੈ ਕਿਉਂਕਿ ਡਿਵੀਜ਼ਨ ਆਫ ਪਾਵਰ ਦੀ ਗੱਲ ਕੀਤੀ ਗਈ ਹੈ ਸਟੇਟ ਤੇ ਸੈਂਟਰ ਦੋਹਾਂ ਕੋਲ ਪਾਵਰ ਹੈ ਮੌਲਿਕ ਅਧਿਕਾਰ ਇਹ ਤਾਂ ਪਲੀਤੀ ਅਮਰੀਕਾ ਦੇ ਸੰਵਿਧਾਨ ਤੋਂ ਹੈ ਤੇ ਸਰਕਾਰ ਦਾ ਸੰਸਦੀ ਰੂਪ ਇਹ ਗਲਤ ਹੋ ਗਿਆ ਜੀ ਇਹ ਆਪਣਾ ਆਨਸਰ ਬਣ ਗਿਆ ਆਪਣੇ ਤਾਂ ਦੇਸ਼ ਵਿੱਚ ਪਾਰਲੀਮੈਂਟਰੀ ਫਾਰਮ ਹੈ ਵੀ ਇੱਥੇ ਇੱਕ ਨਾਮਾਤਰ ਮੁਖੀ ਹੁੰਦਾ ਹੈ ਤੇ ਇੱਕ ਅਸਲ ਮੁਖੀ ਹੁੰਦਾ ਹੈ ਪ੍ਰਧਾਨ ਮੰਤਰੀ ਦੇਸ਼ ਦਾ ਅਸਲ ਮੁਖੀ ਹੈ ਤੇ ਰਾਸ਼ਟਰਪਤੀ ਨਾਮਾਤਰ ਮੁਖੀ ਹੈ ਸਾਰੇ ਕੰਮ ਰਾਸ਼ਟਰਪਤੀ ਦੇ ਨਾਮ ਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾਂਦੇ ਆ ਜਾਨੀ ਕਿ ਆਪਣੇ ਦੇਸ਼ ਦਾ ਜਿਹੜਾ ਰਾਸ਼ਟਰਪਤੀ ਆ ਉਹ ਪਾਵਰਫੁਲ ਹੈ ਨਹੀਂਗਾ ਜਿੰਨਾ ਕਿ ਅਮਰੀਕਾ ਦਾ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੈਜ਼ੀਡੈਂਸ਼ੀਅਲ ਫਾਰਮ ਹੈ ਉੱਥੇ ਸਾਰੀਆਂ ਪਾਵਰਾਂ ਜਿਹੜਾ ਹੈਗਾ ਉਹ ਰਾਸ਼ਟਰਪਤੀ ਹੀ ਵਰਤਦਾ ਹੈ ਇਹਦਾ ਰਾਈਟ ਆਨਸਰ ਬਣੂਗਾ ਜੀ ਡੀ ਇਹਤ ਲਿਖਿਆਂ ਵਿੱਚੋਂ ਕਿਹੜੀ ਸਰਕਾਰ ਦੇ ਸੰਸਦੀ ਰੂਪ ਦੀ ਵਿਸ਼ੇਸ਼ਤਾ ਹੈ ਹਾਂਜੀ ਆਪਾਂ ਗੱਲ ਕਰ ਰਹੇ ਆ ਪਾਰਲੀਮੈਂਟਰੀ ਫਾਰਮ ਦੀ ਜਿਹੜਾ ਪਾਰਲੀਮੈਂਟਰੀ ਫਾਰਮ ਹੁੰਦਾ ਹੈ ਉਹਦੇ ਵਿੱਚ ਜਿਹੜੀ ਐਗਜ਼ੀਕਿਟਿਵ ਜਾਂ ਮੰਤਰੀ ਮੰਡਲ ਹੁੰਦੀ ਹੈ ਉਹ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ ਵਿਧਾਨ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ ਕਹਿਣ ਦਾ ਮਤਲਬ ਇਹ ਹੈ ਇਹਦਾ ਉੱਤਰ ਬਣ ਜਾਏਗਾ ਬੀ ਕਾਰਜਪਾਲਿਕਾ ਸਮੂਹਿਕ ਰੂਪ ਦੇ ਵਿੱਚ ਵਿਧਾਨ ਸਭਾ ਲਈ ਜ਼ਿੰਮੇਵਾਰ ਹੁੰਦੀ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਭਾਰਤੀ ਸੰਵਿਧਾਨ ਦੀ ਮੂਲ ਵਿਸ਼ੇਸ਼ਤਾ ਨਹੀਂ ਹੈ ਭਾਰਤੀ ਸੰਵਿਧਾਨ ਦੀ ਆਪਾਂ ਦੱਸਣੀ ਹੈ ਜੀ ਨਿਆਂਪਾਲਿਕਾ ਦੀ ਸੁਤੰਤਰਤਾ ਇਹ ਹੈਗਾ ਜੀ ਸੰਗੀ ਸਰਕਾਰ ਵੀ ਹੈਗੀ ਹੈ ਕਿਉਂਕਿ ਇੱਥੇ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਸੰਸਦੀ ਸਰਕਾਰ ਪਾਰਲੀਮੈਂਟਰੀ ਫਾਰਮ ਵੀ ਹੈਗਾ ਤੇ ਪਰ ਜਿਹੜਾ ਰਾਸ਼ਟਰਪਤੀ ਸਰਕਾਰ ਹੈ ਜਿਹੜੀ ਇਹ ਅਮਰੀਕਾ 'ਚ ਹੈ ਆਪਣੀ ਨਹੀਂ ਪਾਈ ਜਾਂਦੀ ਹਾਂਜੀ ਸਰਕਾਰ ਦੇ ਇੱਕ ਸੰਸਦੀ ਰੂਪ ਦੇ ਵਿੱਚ ਰਾਜ ਦੀਆਂ ਅਸਲ ਸ਼ਕਤੀਆਂ ਇਹਨਾਂ ਵਿੱਚੋਂ ਕਿਸ ਵਿੱਚ ਹੁੰਦੀਆਂ ਹਨ ਹਾਂਜੀ ਇਹਦਾ ਉੱਤਰ ਹੈਗਾ ਜੀ ਜੇ ਆਪਾਂ ਸੰਸਦੀ ਪਾਰਲੀਮੈਂਟਰੀ ਰੂਪ ਦੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਤੇ ਉਹਦੇ ਮੰਤਰੀ ਮੰਡਲ ਕੋ ਸਾਰੀਆਂ ਅਸਲ ਪਾਵਰਾਂ ਹੁੰਦੀਆਂ ਹਨ ਰਾਸ਼ਟਰਪਤੀ ਦਾ ਸਿਰਫ ਨਾਮਾਤਰ ਇੱਕ ਮੁਖੀ ਹੁੰਦਾ ਏਟ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਫੈਡਰੇਸ਼ਨ ਅਤੇ ਅਮਰੀਕੀ ਫੈਡਰੇਸ਼ਨ ਦੋਹਾਂ ਲਈ ਸਾਂਝੀ ਹੈ ਕੋਈ ਦੱਸਣਾ ਹੈ ਵੀ ਦੋਹਾਂ ਵਿੱਚ ਸਾਂਝਾ ਹੈ ਹਾਂਜੀ ਸਿੰਗਲ ਸਿਟੀਜ਼ਨਸ਼ਿਪ ਸਿੰਗਲ ਨਾਗਰਿਕਤਾ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਤਾਂ ਇਹ ਬਿਲਕੁਲ ਠੁਕਵੀਂ ਹੈ ਪਰ ਅਮਰੀਕਾ ਦੇ ਵਿੱਚ ਦੋਰੀ ਨਾਗਰਿਕਤਾ ਹੈ ਇਹਦਾ ਮਤਲਬ ਇਹ ਆਪਸ਼ਨ ਗਲਤ ਹੋ ਗਈ ਦੋਹਾਂ ਦੇ ਵਿੱਚ ਸਾਂਝੀ ਨਹੀਂ ਹੈ ਦੋਰੀ ਨਿਆਪਲ ਕਾ ਆਪਣੇ ਤਾਂ ਇਕੈਰੀ ਨਿਆਪਲ ਕਈ ਹੈ ਜੀ ਇਹ ਵੀ ਗਲਤ ਹੋ ਗਈ ਸੰਵਿਧਾਨ ਦੀਆਂ ਤਿੰਨ ਸੂਚੀਆਂ ਠੀਕ ਹੈ ਇਹ ਵੀ ਆਪਣੇ ਤਾਂ ਤਿੰਨ ਸੂਚੀਆਂ ਹੈਗੀਆਂ ਪਰ ਅਮਰੀਕਾ ਦੇ ਵਿੱਚ ਇਹੋ ਜੀ ਕੋਈ ਵੀ ਪ੍ਰੋਵੀਜ਼ਨ ਨਹੀਂ ਹੈਗੀ ਟਾਈਟ ਅਨਸਰ ਹੈ ਜੀ ਫਿਰ ਡੀ ਸਬਧਾਨ ਦੀ ਵਿਆਖਿਆ ਕਰਨ ਦੇ ਲਈ ਇੱਕ ਸੰਘੀ ਸੁਪਰੀਮ ਕੋਰਟ ਹੈ ਵੀ ਜੇ ਸਬਧਾਨ ਦੀ ਉਲੰਘਣਾ ਹੁੰਦੀ ਹੈ ਤਾਂ ਉਹਦੀ ਜਿਹੜੀ ਸਹੀ ਇਲੈਬੋਰੇਸ਼ਨ ਹੈ ਉਹ ਜਿਹੜੀ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ ਕੀਤੀ ਜਾਂਦੀ ਹੈ ਆਜ਼ਾਦੀ ਸਮਾਨਤਾ ਤੇ ਭਾਈਚਾਰੇ ਦੀ ਪ੍ਰੇਰਣਾ ਇਹ ਕਿੱਥੋਂ ਲਿੱਤੀ ਗਈ ਹੈ ਇਹ ਤਿੰਨੇ ਸ਼ਬਦਾਂ ਦੀ ਜਿਹੜੀ ਪ੍ਰੇਰਣਾ ਹੈ ਆਪਣੇ ਪ੍ਰੈਮਬਲ ਦੇ ਵਿੱਚ ਦਰਜ ਹੈ ਸਬਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਹੈ ਤੇ ਇਹ ਆਪਾਂ ਫਰਾਂਸਿਸ ਕ੍ਰਾਂਤੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਤਿੰਨਾਂ ਸ਼ਬਦਾਂ ਨੂੰ ਆਪਾਂ ਪ੍ਰੈਮਬਲ ਦੇ ਵਿੱਚ ਜੋੜਿਆ ਜਿਹੜੀ ਫਰਾਂਸਿਸ ਕ੍ਰਾਂਤੀ ਆ ਉਹ 1789 ਦੇ ਵਿੱਚ ਹੋਈ ਸੀ ਭਾਰਤ ਦੇ ਸੰਵਿਧਾਨ ਨੇ ਭਾਰਤੀ ਫੈਡਰੇਸ਼ਨ ਦੀ ਯੋਜਨਾ ਨੂੰ ਆਧਾਰ ਲਿਆ ਸੀ ਜਦੋਂ ਇਹ ਗੱਲ ਕਰਦੇ ਆਪਾਂ ਫੈਡਰੇਸ਼ਨ ਦੀ ਠੀਕ ਹੈ ਡਿਵੀਜ਼ਨ ਆਫ ਪਾਵਰਜ਼ ਬੀਟਵੀਨ ਸਟੇਟ ਐਂਡ ਸੈਂਟਰ ਸੈਂਟਰ ਤੇ ਸਟੇਟ ਦੇ ਵਿੱਚ ਸ਼ਕਤੀਆਂ ਦੀ ਜਿਹੜੀ ਵੰਡ ਹੈ ਇਹ ਆਪਾਂ ਕੈਨੇਡਾ ਦੇ ਸੰਵਿਧਾਨ ਤੋਂ ਲਿੱਤੀ ਹੈ ਭਾਰਤੀ ਸਰਕਾਰ ਐਕਟ 1935 ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚੋਂ ਕਿਹੜੀ ਇੱਕ ਵਿਸ਼ੇਸ਼ਤਾ ਨਹੀਂ ਹੈ ਜਿਹੜਾ 1935 ਦਾ ਜਿਹੜਾ ਐਕਟ ਸੀਗਾ ਇਹ ਸਭ ਤੋਂ ਜ਼ਿਆਦਾ ਨਕਲ ਆਪਣੇ ਸੰਵਿਧਾਨ ਵਿੱਚ ਜਿਹੜੀ ਇਸੇ ਤੋਂ ਹੀ ਆਪਾਂ ਲਿੱਤੀ ਹੈ ਇਸੇ ਦੀ ਬੇਸਡ ਆਪਣਾ ਸੰਵਿਧਾਨ ਸੂਬਾਈ ਖੁਦਮੁਖਤਿਆਰੀ ਇਹ ਗੱਲ ਕਹੀ ਗਈ ਹੈ 1935 ਦੇ ਸੰਵਿਧਾਨ ਵਿੱਚ ਜਿਹੜੇ ਪ੍ਰਾਂਤ ਹੋਣਗੇ ਉਹਨਾਂ ਦੇ ਕੋਲ ਆਟੋਨਮਸ ਹੋਏਗੀ ਕੁਦਰ ਮੁਕਤੀ ਆਰੀ ਹੋਏਗੀ ਕੇਂਦਰ ਵਿੱਚ ਦੋਰੀ ਸਰਕਾਰ ਡਾਇਰੈਕਟ ਦੀ ਗੱਲ ਵੀ 1935 ਦੇ ਸੰਵਿਧਾਨ ਵਿੱਚ ਕੀਤੀ ਗਈ ਹੈ ਭਾਵੇਂ ਕਿ ਇਹ ਜਿਹੜੀ ਕੇਂਦਰ ਵਿੱਚ ਦੋਰੀ ਸਰਕਾਰ ਵਾਲੀ ਜਿਹੜੀ ਵਿਵਸਥਾ ਹੈ ਲਾਗੂ ਨਹੀਂ ਹੋ ਪਾਈ ਦੋ ਸਦਨੀ ਵਿਧਾਨ ਸਭਾ ਇਹ ਜੀ 1919 ਦਾ ਜਿਹੜਾ ਐਕਟ ਸੀਗਾ ਉਹਦੇ ਵਿੱਚ ਇਹ ਦੋ ਸਦਨੀ ਵਿਧਾਨ ਸਭਾ ਦੀ ਗੱਲ ਕੀਤੀ ਗਈ ਹੈ ਇਹਦਾ ਰਾਈਟ ਆਨਸਰ ਹੋ ਗਿਆ ਜੀ ਫਿਰ ਸੀ 올 ਇੰਡੀਆ ਫੈਡਰੇਸ਼ਨ ਇਹ ਵੀ 1935 ਦੀ ਇੱਕ ਵਿਸ਼ੇਸ਼ਤਾ ਹੈ ਹੇਠ ਲਿਖਿਆਂ ਵਿੱਚੋਂ ਕਿਸ ਦਾ ਉਦੇਸ਼ ਭਾਰਤੀ ਲਈ ਸੰਘੀ ਢਾਂਚਾ ਪ੍ਰਦਾਨ ਕਰਨਾ ਹੈ ਹੇਠ ਲਿਖਿਆਂ ਵਿੱਚੋਂ ਕਿਸ ਦਾ ਉਦੇਸ਼ ਭਾਰਤ ਲਈ ਸੰਘੀ ਢਾਂਚਾ ਪ੍ਰਦਾਨ ਕਰਨਾ ਹੈ ਇਸ ਦਾ ਰਾਈਟ ਆਨਸਰ ਹੈਗਾ ਜੀ ਡੀ ਭਾਰਤ ਸਰਕਾਰ ਐਕਟ 1935 ਭਾਰਤ ਇੱਕ ਪ੍ਰਭੂਸੱਤਾ ਸੰਪਨ ਲੋਕਤੰਤਰੀ ਗਨਰਾਜ ਬਣਿਆ ਇਹ ਕਦੋਂ ਬਣਿਆ ਸੀਗਾ ਜੀ ਇਹ ਦੱਸਣਾ ਹੈ ਆਪਾਂ ਇਹ ਬਣਿਆ ਸੀ ਆਪਣਾ 26 ਜਨਵਰੀ 1950 ਨੂੰ ਜਿਸ ਦਿਨ ਸੰਵਿਧਾਨ ਲਾਗੂ ਕੀਤਾ ਗਿਆ ਸੀ ਭਾਰਤ ਦੇ ਸੰਵਿਧਾਨ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਦੁਆਰਾ ਦਿੱਤਾ ਗਿਆ ਇਹ ਦਿੱਤਾ ਗਿਆ ਸੀ ਜੀ ਐਮ ਐਨ ਰੋਏ ਦੁਆਰਾ 1934 ਵਿੱਚ ਇਹੀ ਇੱਕ ਪਹਿਲਾ ਬੰਦਾ ਸੀ ਜਿਨੇ ਕਿਹਾ ਸੀ ਭਾਰਤ ਦੇ ਲਈ ਇੱਕ ਅਲੱਗ ਸੰਵਿਧਾਨ ਹੋਣਾ ਚਾਹੀਦਾ ਭਾਰਤ ਦਾ ਜਿਹੜਾ ਭਾਰਤ ਦੇ ਲੋਕਾਂ ਦੁਆਰਾ ਤਿਆਰ ਕੀਤਾ ਗਿਆ ਹੋਵੇ ਇਹਾ ਲਿਖਿਆਂ ਵਿੱਚੋਂ ਕਿਸ ਨੇ ਭਾਰਤੀ ਸੰਵਿਧਾਨ ਸਭਾ ਨੂੰ ਦੋ ਸਦਨੀ ਬਣਾਇਆ ਇਹ ਜੀ 1919 ਦਾ ਜਿਹੜਾ ਭਾਰਤ ਸਰਕਾਰ ਐਕਟ ਹੈ ਇਹਦੇ ਵਿੱਚ ਦੋ ਸਦਨੀ ਵਿਧਾਨ ਸਭਾ ਦੀ ਗੱਲ ਕੀਤੀ ਗਈ ਹੈ ਕਹਿੰਦੇ ਇੰਨਾ ਵਿੱਚੋਂ ਦੱਸਣਾ ਕਿਸ ਨੇ ਭਾਰਤ ਸਰਕਾਰ ਐਕਟ 1935 ਵਿੱਚ ਬਾਕੀ ਬਚੀਆਂ ਸ਼ਕਤੀਆਂ ਕਿਸ ਕੋਲ ਹੋਣਗੀਆਂ ਏ ਜੀ ਗਾਇ ਦੇ ਵਿੱਚ 1935 ਦੇ ਐਕਟ ਵਿੱਚ ਕਿਹਾ ਗਿਆ ਵੀ ਜਿਹੜਾ ਗਵਰਨਰ ਜਨਨ ਲਿਆ ਉਸ ਸਮੇਂ ਉਹਦੇ ਕੋਲ ਜੜੀਆਂ ਬਾਕੀ ਸ਼ਕਤੀਆਂ ਹੋਣਗੀਆਂ ਜੇ ਉਹ ਸ਼ਕਤੀਆਂ ਜਿਨ੍ਹਾਂ ਤੇ ਪਤਾ ਨਹੀਂ ਵੀ ਕਾਨੂੰਨ ਕਿਨੇ ਬਣਾਉਣਾ ਉਸ ਉਸ ਤੇ ਕਾਨੂੰਨ ਗਵਰਨਰ ਜਨਨ ਦੁਆਰਾ ਬਣਾਏ ਜਾਣਗੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਿਸਟਰ ਐਟਲੀ ਨੇ ਭਾਰਤ ਨੂੰ ਸੱਤਾ ਸੋਪਨ ਦਾ ਐਲਾਨ ਕਦੋਂ ਕੀਤਾ ਅਸੀਂ ਇਸ ਤਰ੍ਹਾਂ ਵੀ ਇਹਦੇ ਵਿੱਚ ਦੋ ਕਨਫਿਊਜ਼ਨ ਹੈ ਸਵਾਲ ਦੇ ਵਿੱਚ ਐਲਾਨ ਕਦੋਂ ਕੀਤਾ ਸੀ ਐਲਾਨ ਤਾਂ ਕੀਤਾ ਸੀਗਾ 2 ਫੈਬ 1947 ਨੂੰ ਕੀਤਾ ਸੀ ਕੀ ਕਿਹਾ ਸੀ ਐਲਾਨ ਦੇ ਵਿੱਚ ਵੀ 30 ਜੂਨ 1948 ਨੂੰ ਭਾਰਤ ਨੂੰ ਆਜ਼ਾਦ ਕਰਦੇ ਆਂਗੇ ਹੁਣ ਇੱਥੇ ਗੱਲ ਕੀਤੀ ਗਈ ਹੈ ਭਾਰਤੀਆਂ ਨੂੰ ਸੱਤਾ ਸੌਪਣ ਕਦੋਂ ਭਾਰਤੀਆਂ ਨੂੰ ਸੱਤਾ ਸੌਪਣੀ ਸੀ ਇਹਦਾ ਐਲਾਨ ਦੀ ਗੱਲ ਹੈ ਸੱਤਾ ਸੌਪਣੀ ਸੀ 30 ਜੂਨ 1947 ਨੂੰ ਪਰ ਇਹਦਾ ਰਾਈਟ ਆਨਸਰ ਆਏਗਾ ਜੀ ਸੀ ਥੀਟ ਲਿਖਿਆ ਨੂੰ ਆਪਾਂ ਸਹੀ ਤਰੀਕੇ ਨਾਲ ਮਿਲਾਉਣਾ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਪਟਨ ਮਿਸ਼ਨ ਕੈਪਟਨ ਮਿਸ਼ਨ ਦੇ ਨਾਲ ਕੀ ਹੋ ਗਿਆ ਜੀ ਸੰਵਿਧਾਨ ਸਭਾ ਦਾ ਨਿਰਮਾਣ ਹੋਇਆ ਸੀ ਹੁਣ ਗੱਲ ਕਰਦੇ ਆਂ ਡਾਇਰ ਡਾਇਰ ਕੀ ਦਾ ਮਤਲਬ ਹੁੰਦਾ ਹੈ ਦੋਰੀ ਸਰਕਾਰ ਦੋਰੀ ਸ਼ਾਸਨ ਵਿਵਸਥਾ ਠੀਕ ਹੈ ਜੀ ਇਹ ਜਿਹੜੀ ਦੋਰੀ ਸ਼ਾਸਨ ਵਿਵਸਥਾ ਦੀ ਜਿਹੜੀ ਗੱਲ ਕੀਤੀ ਗਈ ਸੀਗੀ ਇਹ ਕੀਤੀ ਗਈ ਸੀ 1919 ਦੇ ਐਕਟ ਵਿੱਚ ਇਹ ਨੂੰ ਮਿਲਾਵਾਂਗੇ ਤਿੰਨ ਨਾਲ ਤੇ ਮਿੰਟੋ ਮਾਰਲੋ ਸੁਧਾਰ ਦੇ ਵਿੱਚ ਮੁਸਲਮਾਨਾਂ ਲਈ ਵੱਖਰੇ ਵੋਟ ਦੀ ਗੱਲ ਕੀਤੀ ਗਈ ਸੀ ਸੀ ਨੂੰ ਮਿਲਾਵਾਂਗੇ ਦੋ ਦੇ ਨਾਲ ਤੇ 1935 ਦਾ ਜਿਹੜਾ ਭਾਰਤ ਸਰਕਾਰ ਦਾ ਐਕਟ ਹੈ ਇਹਦੇ ਵਿੱਚ ਪ੍ਰਾਂਤਾਂ ਨੂੰ ਦਿੱਤੀ ਗਈ ਸੀ ਖੁਦਮੁਖਤਿਆਰੀ ਤੇ ਇਸ ਬੀ ਨੂੰ ਮਲਾਵਾਂਗੇ ਇੱਕ ਦਿਨਾਰ ਸੰਵਿਧਾਨ ਦੀ ਡਰਾਫਟ ਕਮੇਟੀ ਦੇ ਸਾਹਮਣੇ ਪ੍ਰਸਤਾਵਨਾ ਕਿਸ ਨੇ ਪੇਸ਼ ਕੀਤੀ ਸੀ ਠੀਕ ਹੈ ਜੀ ਇਹ ਦੱਸਣਾ ਹੈ ਕਿ ਇਹਨਾਂ ਵਿੱਚੋਂ ਜਿਹੜੀ ਡਰਾਫਟ ਕਮੇਟੀ ਦੇ ਸਾਹਮਣੇ ਜਿਹੜਾ ਪ੍ਰੈਮਬਲ ਹੈ ਉਹ ਕਿਹਨੇ ਪੇਸ਼ ਕੀਤਾ ਸੀ ਸਭ ਤੋਂ ਪਹਿਲਾਂ ਜਿਹੜਾ ਪ੍ਰੈਮਬਲ ਹੈ ਉਹ ਅਸਲ ਦੇ ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਜਵਾਹਰ ਲਾਲ ਨਹਿਰੂ ਨੇ ਬਣਾਇਆ ਸੀਗਾ ਉਹਦਾ ਇਹ ਇੱਕ ਸੋਧਿਆ ਹੋਇਆ ਰੂਪ ਹੈ ਤੇ ਇਹ ਵੀ ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤੀ ਸੀ ਪ੍ਰਸਤਾਵਨਾ ਭਾਰਤ ਦੇ ਸੰਵਿਧਾਨ ਨੇ ਕਿਹੜੇ ਦੇਸ਼ ਦੇ ਤੋਂ ਮੂਲ ਫਰਜ਼ ਠੀਕ ਹੈ ਜੀ ਇਹ ਗੱਲ ਹੋ ਰਹੀ ਹੈ ਫੰਡਾਮੈਂਟਲ ਗੱਲ ਹੋ ਰਹੀ ਹੈ ਜੀ ਫੰਡਾਮੈਂਟਲ ਡਿਊਟੀਆਂ ਦੀ ਠੀਕ ਹੈ ਜਿਹੜੇ ਕਿ ਆਪਣੇ ਸੰਵਿਧਾਨ ਦੇ ਭਾਗ 4A ਵਿੱਚ ਦਰਜ ਹੈ ਠੀਕ ਹੈ ਜੀ ਤੇ 11 ਆਪਣੇ ਕੋਲ ਇਸ ਸਮੇਂ ਮੌਲਿਕ ਕਰਤਵے ਆਪਣੇ ਫਰਜ ਹੈ ਸਵਰਨ ਸਿੰਘ ਕਮੇਟੀ ਦੀ ਛਪਾਰਸ਼ ਦੇ ਨਾਲੇ ਸ਼ਾਮਲ ਕੀਤੇ ਗਏ ਸੀ ਤੇ ਇਹ ਆਪਾਂ ਰੂਸ ਤੋਂ ਸੰਵਿਧਾਨ ਤੋਂ ਲਏ ਸੀ ਇਹਦਾ ਰਾਈਟ ਆਨਸਰ ਹੋਊਗਾ ਜੀ ਯੂ ਐਸ ਐਸ ਆਰ ਭਾਰਤ ਤੋਂ ਇੱਕ ਹੈਰੀ ਨਾਗਰਿਕਾ ਦਾ ਸੰਕਲਪ ਹੈ ਜਿਹੜਾ ਉਹ ਕਿੱਥੋਂ ਲਿਆ ਸੀ ਉਹ ਆਪਾਂ ਲਿਆ ਸੀ ਜੀ ਇੰਗਲੈਂਡ ਦੇ ਸਿਧਾਂਤ ਤੋਂ। ਇਹ ਲਿਖਿਆ ਵਿੱਚੋਂ ਕਿਹੜਾ ਜੋੜ ਸਹੀ ਮੇਲ ਖਾਂਦਾ ਹੈ ਦੱਸਣਾ ਜੀ ਆਪਾਂ। ਠੀਕ ਹੈ ਜੀ। ਇਹਦਾ ਸਹੀ ਆਨਸਰ ਰਹੇਗਾ ਜੀ ਡੀ। ਇਹਦਾ ਰਾਈਟ ਆਨਸਰ ਹੈਗਾ ਜੀ ਡੀ। ਜਿਹੜਾ ਧਰਮ ਨਿਰਪੱਖ ਹੈ ਉਹ ਜਰਾਜ ਦਾ ਕੋਈ ਆਪਣਾ ਧਰਮ ਨਹੀਂ ਹੁੰਦਾ। ਭਾਰਤ ਇੱਕ ਲੋਕਤੰਤਰੀ ਗਨਰਾਜ ਹੈ ਕਿਉਂਕਿ ਜਿਹੜਾ ਲੋਕਤੰਤਰੀ ਗਨਰਾਜ ਹੁੰਦਾ ਹੈ ਉਹਦੇ ਵਿੱਚ ਜਿਹੜਾ ਮੁਖੀ ਹੁੰਦਾ ਹੈ ਉਹ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਠੀਕ ਹੈ ਨਾ ਕਿ ਕੋਈ ਰਾਜਾ ਹੁੰਦਾ ਹੈ ਤੇ ਇਹਦਾ ਜਿਹੜਾ ਰਾਈਟ ਆਨਸਰ ਆਊਗਾ ਜੀ ਬੀ ਰਾਜ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਇਸ ਕਰਕੇ ਭਾਰਤ ਇੱਕ ਲੋਕਤੰਤਰੀ ਗਨਰਾਜ ਹੈ ਡੈਮੋਕਰੈਟਿਕ ਰਿਪਬਲਿਕ ਹੈ ਭਾਰਤੀ ਸੰਵਿਧਾਨ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਇਹ ਦੱਸਣਾ ਜੀ ਇਹਦਾ ਜਿਹੜਾ ਰਾਈਟ ਆਨਸਰ ਆਉ ਹੈ ਜੀ ਸੀ ਭਾਰਤੀ ਸੰਵਿਧਾਨ ਕਈ ਸੰਵਿਧਾਨਾਂ ਦਾ ਮਿਸ਼ਰਣ ਹੈ ਠੀਕ ਹੈ ਜੀ ਭਾਰਤ ਵਿੱਚ ਕੈਬਨ ਮਿਸ਼ਨ ਦੀ ਅਗਵਾਈ ਹੇਟਲੀ ਕੇ ਅਨੁਸਾਰ ਕੀਤੀ ਗਈ ਸੀ ਇਹਦੀ ਅਗਵਾਈ ਦੇ ਵਿੱਚ ਕੈਬਨ ਮਿਸ਼ਨ ਕੀਤੇ ਗਏ ਸੀਗੇ ਏ ਸੀ ਜੀ ਲਾਰਡ ਪੈਥਿਕ ਲੋਰੈਂਸ ਇਹਦੀ ਅਗਵਾਈ ਦੇ ਵਿੱਚ ਸੀ ਤੇ ਤਿੰਨ ਮੈਂਬਰੀ ਕਮੇਟੀ ਸੀ 1946 ਦੇ ਵਿੱਚ ਇਹ ਭਾਰਤ ਆਈ ਸੀ ਕਮੇਟੀ ਤੇ ਇਹਦੇ ਵਿੱਚ ਸਟੇਫੋਰਡ ਕ੍ਰਿਪਸ ਤੇ ਅਲੈਗਜ਼ੈਂਡਰ ਤੇ ਲੋਰੈਂਸ ਇਹ ਤਿੰਨੋਂ ਮੈਂਬਰ ਸੀਗੇ ਇਸੇ ਕਮੇਟੀ ਦੇ ਕੈਨ ਤੇ ਜਿਹੜੀ ਸੰਵਿਧਾਨ ਸਭਾ ਦਾ ਨਿਰਮਾਣ ਹੋਇਆ ਸੀ ਤੇ ਸੰਵਿਧਾਨ ਸਭਾ ਦਾ ਕਾਰਜ ਕੀ ਸੀਗਾ ਉਹਨਾਂ ਨੇ ਸੰਵਿਧਾਨ ਬਣਾਉਣਾ ਸੀ ਫੇਰ ਲਿਖਿਆ ਵਿੱਚੋਂ ਕਿਹੜਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਹਿੱਸਾ ਨਹੀਂ ਹਾਂਜੀ ਇਹਦੇ ਵਿੱਚ ਧਰਮ ਨਿਰਪੱਖ ਦੀ ਸੈਕੂਲਰਿਜ਼ਮ ਦੀ ਵੀ ਗੱਲ ਕੀਤੀ ਹੈ ਸੋਸ਼ਲਿਸਟ ਦੀ ਵੀ ਗੱਲ ਕੀਤੀ ਹੈ ਹਾਂਜੀ ਡੈਮੋਕਰੈਟਿਕ ਰਿਪਬਲਿਕ ਦੀ ਵੀ ਗੱਲ ਕੀਤੀ ਹੈ ਸੰਘਵਾਦ ਦੀ ਗੱਲ ਨਹੀਂ ਕੀਤੀ ਹੈ ਰਾਈਟ ਆਨਸਰ ਆਏਗਾ ਜੀ ਡੀ ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਤੁਹਾਨੂੰ ਸੈਸ਼ਨੇ ਪਸੰਦ ਆਇਆ ਹੋਵੇਗਾ ਬਹੁਤ-ਬਹੁਤ ਤੁਹਾਡਾ ਧੰਨਵਾਦ